ਇਹ ਆਪਣਾ ਮੈਸੀ ਫਰਗੂਸਨ 254 DA ਡਾਇਨਾ ਸਮਾਰਟ ਫੋਰ ਵੀਲ ਡਰਾਈਵ ਵਿੱਚ ਫਰੰਟ ਟਾਇਰ 9/5/20 ਦੇ ਮੋਹਰੇ ਕਰਾਰੋ ਡਰਾਈਵ ਟੈਕ ਦਾ ਫੁੱਲੀ ਸੀਲਡ ਹਿੱਸਾ ਡਬਲ ਐਕਟਿੰਗ ਪਾਵਰ ਸਟੀਅਰਿੰਗ ਦੇ ਵਿੱਚ ਅਤੇ ਮੋਹਰੇ ਡੂਅਲ ਹੈੱਡ ਲੈਂਪ ਪ੍ਰੋਜੈਕਟਰ ਨੇ ਕਿ ਉੱਦਾਂ ਡੂਅਲ ਹੈੱਡ ਲੈਂਪ ਸਿੰਗਲ ਪੀਸ ਬੋਨਟ ਦੇ ਵਿੱਚ ਦੋ ਸ਼ੋਕਰ ਮੋਹਰੇ ਲਾਏ ਹੋਏ ਇਹਨਾਂ ਨੇ ਮੋਹਰੇ ਡਰਾਈ ਟੈਪ ਏਅਰ ਕਲੀਨਰ ਰਿਜ਼ਰਵ ਬੋਟਲ ਮੋਹਰੇ 80 ਐਂਪੀਅਰ ਦੀ ਬੈਟਰੀ ਅਤੇ ਰੇਡੀਏਟਰ ਦਾ ਖਾਸ ਧਿਆਨ ਰੱਖਿਆ ਅਤੇ ਮੋਹਰੇ ਜਾਲੀ ਲਾਈ ਇਹਨਾਂ ਨੇ ਰੇਡੀਏਟਰ ਦੀ ਅੱਗੇ ਚੁੱਲ੍ਹੇ ਤੋਂ ਸ਼ਿਕਾਇਤ ਆਉਂਦੀ ਸੀ ਮੈਸੀ ਦੀ ਉਹ ਵੀ ਖਤਮ ਕਰਤੀ ਹੈਵੀ ਚੁੱਲ੍ਹਾ ਲਾਤਾ ਮੋਹਰੇ ਹੋਲੈਂਡ ਆਰਗਾ ਹੈਵੀ ਚੁੱਲ੍ਹਾ S1 ਸੀਰੀਜ਼ ਦਾ ਇਹਦਾ ਸੈਮਸੰਗ ਦਾ ਇੰਜਨ ਸੈਲਫ ਉਹੀ 100 ਘੰਟੇ 'ਤੇ ਪਹਿਲੀ ਸਰਵਿਸ ਇਹਦੀ ਟੈਂਕੀ ਦਾ ਡਿਜ਼ਾਇਨ ਚੇਂਜ ਕਰਤਾ 60 ਲੀਟਰ ਦੀ ਇਹਦੀ ਟੈਂਕੀ ਕਰਤੀ ਆ ਉਹ ਸੈਮਸੰਗ ਦਾ ਇੰਜਨ SJ ਸੀਰੀਜ਼ ਦਾ ਇਹ 2700 CC ਅਤੇ 54 horsepower ਕੱਟ 180 Nm ਦਾ ਟੋਰਕ ਪੋਸ਼ ਦਾ ਪੰਪ ਲਾਤਾ ਟੈਂਡਮ ਪੰਪ ਲਾਤੇ ਡਿਸਟ੍ਰੀਬਿਊਟਰ ਅਤੇ ਪਾਵਰ ਸਟੀਅਰਿੰਗ ਅਤੇ ਇਹਦਾ ਲੈਫਟ ਪੰਪ ਇਹਦੀ ਸੀਟ ਦੇ ਨੀਚੇ ਹੀ ਹੁੰਦਾ ਇੱਧਰੋਂ ਕਲੱਚ ਇਹਦਾ ਡੂਅਲ ਆ ਇੰਡੀਪੈਂਡੈਂਟ ਨਿਕਲ ਡੂਅਲ ਕਲੱਚ ਸੁਪਰ ਸ਼ਟਲ ਦੇ ਵਿੱਚ ਆ ਇਹ ਆਪਣਾ ਹਾਈਲੋ ਮੀਡੀਅਮ ਉੱਧਰ 4 ਗੇਅਰ ਮਤਲਬ 12 ਫੋਰਵਰਡ ਅਤੇ 12 ਰਿਵਰਸ ਹੈਵੀ ਰੇਡੀਏਟਰ ਲਾਤਾ ਅਤੇ ਟਰਬਾਈਨ ਟੈਪ ਪੱਖਾ ਲਾਤਾ ਇਹਦੇ ਮੋਹਰੇ ਅਤੇ ਡੂਅਲ ਐਲੀਮੈਂਟ ਵਾਲਾ ਸੈਂਸਰ ਦੇ ਨਾਲ ਡਰਾਈ ਟੈਪ ਏਅਰ ਕਲੀਨਰ ਅਤੇ ਸਲਾਂਸਰ ਆ ਗਿਆ ਮੋਹਰੇ ਪ੍ਰੋਟੈਕਟਿੰਗ ਜਾਲੀ ਅਤੇ ਸਸਪੈਂਡਡ ਨੇਗੇ ਇਹਦੇ ਦੂਜੇ ਪੈਡ ਲਿਆ OIB ਤੇਲ 'ਚ ਟੁੱਬੀਆਂ ਬ੍ਰੇਕਾਂ ਰੇਸ ਅਤੇ ਇੱਧਰ 1, 2, 3, 4 ਗੇਅਰ ਪਾਰਕਿੰਗ ਬ੍ਰੇਕ ਇੱਥੇ ਆ ਗਈ ਇਹਦੀ ਅਤੇ ਲੈਫਟ ਦਾ ਆਪਾਂ ਨੂੰ ਪਤਾ ਹੀ ਆ ਮੈਸੀ ਦੀ ਦਾ ਬਹੁਤ ਜ਼ਿਆਦਾ ਕੰਟਰੋਲ ਅਤੇ ਸੈਂਸਿੰਗ ਅਤੇ ਇਹਦੇ ਟਰਾਂਸਪੋਰਟ ਲੋਕ ਲਾਤਾ ਇੱਥੇ ਹੁਣ ਆਪਾਂ ਪਿੱਛੇ ਚੱਲਦੇ ਹਾਂ ਇਹਦੇ ਡਬਲ ਡਿਸਟ੍ਰੀਬਿਊਟਰ ACDC ਵਾਲ ਅਤੇ ਸਾਰ ਨਾਲੋਂ ਮੇਨ ਚੀਜ਼ ਇਹਦਾ ਹਿੱਸਾ ਫੁੱਲੀ ਪਲਾਂਟਰੀ ਡਰਾਈਵ ਇਹਦਾ ਹਿੱਸਾ ਕਰਤਾ ਡਬਲ PTO ਇੱਥੇ 540 ਇਕੱਲੀ ਚੱਲੂਗੀ ਅਤੇ ਇਹਦੇ ਵਿੱਚ ਆਪਾਂ ਨੂੰ 4 ਤਰ੍ਹਾਂ ਦੀ ਕੁਆਡਰਾ PTO ਆਉਂਦੀ ਹੈ ਇਹਦੇ 3 ਲਿੰਕਾਂ ਦੇ ਪੁਆਇੰਟ ਦੇ ਉੱਤੇ ਇੱਕ ਪਾਸੇ ਇਹਦੇ ਐਡਜਸਟਿੰਗ ਵਾਲਾ ਹਿੱਸਾ ਫਾਰਮ ਟਰੈਕ ਵਾਂਗੂ ਇਹਦੇ ਸਟੈਬੀਲਾਈਜ਼ਰ ਦੇ ਉੱਤੇ ਸੰਗਲੀਆਂ ਹਟਾਤੀਆਂ ਜੀ ਪਿੱਛੇ ਟੂਲ ਬਾਕਸ ਬਹੁਤ ਸ਼ਾਨਦਾਰ ਦੇ ਦਿੱਤਾ ਆ ਰਿਫਲੈਕਟਰ ਦੇ ਦਿੱਤਾ ਬੋਟਲ ਹੋਲਡਰ ਦੇ ਦਿੱਤਾ ਇੱਧਰ ਆਪਣੇ ਇਹਦੇ 14/9/28 ਦੇ ਫਰੰਟ ਪਿਛਲੇ ਰੀਅਰ ਟਾਇਰ ਦੇ ਦਿੱਤੇ ਆਪਣੇ
ਅਤੇ ਇਹਦੇ ਨਾਲ ਆਪਾਂ ਨੂੰ ਟੈਫੇ ਦੀ ਜੈਨੂਅਨ 32-32 ਕਿਲੋ ਦੀ ਪਲੇਟ ਦੇ ਦਿੱਤੀ, 32-32 KG ਦੀ, ਇੱਕ ਪਾਸੇ 32 ਉੱਧਰ ਪਾਸੇ 32। ਅਤੇ ਮੇਨ ਚੀਜ਼ 3 ਫਿਲਟਰ ਹਟਾ ਕੇ 1 ਫਿਲਟਰ ਕਰਤਾ ਜੀ, 3 ਫਿਲਟਰਾਂ ਦਾ 1 ਫਿਲਟਰ ਬਣ ਗਿਆ। 1 ਫਿਲਟਰ ਜੀ ਇਹ ਘੱਟੋ ਘੱਟ ਆਪਣਾ 200-300 ਘੰਟੇ ਦੇ ਚੇਂਜ ਹੋਇਆ ਕਰਨਾ, 1 ਫਿਲਟਰ ਆਹ 500 ਘੰਟੇ ਦੇ ਹੀ ਚੇਂਜ ਹੋਇਆ ਕਰਨਾ ਇਹਨੇ। ਨੀਚੇ ਆ ਆਪਣੀ ਸਪਲਾਈ ਆਉਣ ਦੇ ਪਿੱਛੋਂ ਗੇਅਰ ਦੀ, ਅਤੇ ਜਿਹੜੀ ਟੈਂਡਮ ਪੰਪ ਚਲਾਉਂਦੀ ਆਪਣੇ ਪਾਵਰ ਸਟੀਅਰਿੰਗ, ਇਹਦਾ ਅੱਡ ਬੋਟਲ ਨੇ ਜੀ, ਪਿੱਛੇ ਗੇਅਰ ਵਾਲੇ ਤੇਲ ਦੇ ਨਾਲ ਹੀ ਇਹਦਾ ਪਾਵਰ ਸਟੀਅਰਿੰਗ ਅਤੇ ਡਿਸਟ੍ਰੀਬਿਊਟਰ ਚੱਲਦਾ। ਅਤੇ ਇਹ ਜਿਹੜੀ ਮੇਨ ਚੀਜ਼ ਡਰਾ ਆਪਣੀ ਨੀਚਲੀ ਸ਼ਾਫਟ 4x4 ਦੀ, ਉਹ ਹਾਂਡੀ ਦੇ ਵਿੱਚ ਹਾਂਡੀ ਨੂੰ ਗੋਲ ਗਲਾਈ ਕਰਕੇ ਅਤੇ ਉਹਦੇ ਵਿੱਚ ਦੀ ਕੱਢੀ, ਜਿਹਨਾਂ ਆਪਣਾ ਗਰਾਊਂਡ ਕਲੀਅਰੈਂਸ ਆ ਜਿਹੜਾ ਉਹ ਨਹੀਂ ਘਟਿਆ। ਪਿੱਛੋਂ ਦੇਖੋ ਹੈ ਵੀ, ਅਤੇ ਖਾਸ ਕਰਕੇ ਇਹਦਾ ਵੀ ਫਿਲਟਰ ਅੱਡ ਦੇ ਦਿੱਤਾ, ਤੇਲ ਪਾਉਣ ਕੇ ਜਾਊ ਡਿਸਟ੍ਰੀਬਿਊਟਰ ਨੂੰ ਵੀ। ਬਹੁਤ ਜ਼ਿਆਦਾ ਖਿਆਲ ਅਤੇ ਤਕਨੀਕ ਨਾਲ ਟਰੈਕਟਰ ਬਣਿਆ ਜੀ। ਹੁਣ ਆਪਾਂ ਇਹਦੇ ਉੱਤੇ ਚੱਲਦੇ ਹਾਂ ਜੀ, ਪੌੜੀ ਲਾਤੀ ਜਿਹੜੇ ਨੂੰ, ਸੈਮੀ ਪਲੇਟਫਾਰਮ ਕਰਤਾ ਇਹਦਾ, ਸੈਮੀ ਫਲੈਟ, ਪੂਰਾ ਫੁੱਲ ਫਲੈਟ ਨਹੀਂ ਗਾ, ਥੋੜ੍ਹਾ ਇੱਥੋਂ ਬੰਪ ਰੱਖਦਾ ਇਹਨਾਂ ਨੇ। ਅਤੇ 4x4 ਦੀ ਆਪਣੀ ਆ ਗਈ ਆ ਰੋਡ, ਇਹ ਸੁਪਰ ਸ਼ਟਲ 12 ਫੋਰਵਰਡ 12 ਰਿਵਰਸ, ਸੈਮੀ ਡਿਜੀਟਲ ਮੀਟਰ, ਪਾਵਰ ਸਟੀਅਰਿੰਗ, ਇੱਧਰ ਆਪਣਾ ਫੋਨ ਰੱਖਣ ਦਾ ਹੋਲਡਰ ਦੇ ਦਿੱਤਾ ਜੀ, ਹਾਈ ਲੋ ਮੀਡੀਅਮ ਦੇ ਵਿੱਚ, ਇੱਧਰ 4 ਗੇਅਰ ਇਹਦੇ ਦੇ ਦਿੱਤੇ ਜੀ, ਲੈਫਟ ਦੇ ਕੰਟਰੋਲ ਆ ਗਏ। ਇਹ ਸਾਰਿਆਂ ਨਾਲ ਮੇਨ ਚੀਜ਼ ਇਹਦੀ ਕੁਆਡਰਾ PTO, MS PTO ਚੱਲਦੀ ਹੈ, GS PTO ਚੱਲਦੀ, ਅਤੇ ਲਾਈਵ ਸਪੀਡ ਇਹ ਕਰਦਾ 540 ਆਪਣੀ 1790 RPM 'ਤੇ, 540 ਪੂਰੇ ਚੱਕਰ ਕਰਨੇ ਇਹਨੇ। ਇੱਥੇ ਇਹਦਾ ਲਿਸਟ ਲੱਗੀ ਹੋਈ ਆ ਫੋਰਵਰਡ 'ਚ, ਲੋ ਫਸਟ 'ਚ ਇਹਨੇ ਇੰਨੇ ਚੱਕਰ, ਸਾਰੀ ਲਿਸਟ ਲੱਗੀ ਹੋਈ ਹੈ ਜੀ ਇਹਦੀ। ਆਹ ਆਪਣਾ ਆ ਗਿਆ PTO ਦੇ ਗੇਅਰ, ਲਾਈਵ PTO, GS PTO, MS PTO। ਜੇ ਇਹਨੂੰ ਆਪਾਂ ਮਲਟੀ ਸਪੀਡ ਚਲਾਉਣਾ ਤਾਂ ਇਹਨੂੰ ਨਿਊਟਰਲ ਕਰਕੇ, ਅਤੇ ਇਹ ਮਲਟੀ ਸਪੀਡ ਜੇ ਹੈਲਪਾਂ ਦਾ ਗੇਅਰਾਂ 'ਤੇ, ਜਨਰੇਟਰ 'ਤੇ ਬਹੁਤ ਫਾਇਦਾ ਹੈਗਾ ਜੀ। ਅਤੇ ਗਰਾਊਂਡ ਸਪੀਡ ਇਹ ਚੱਲਦਾ ਆਪਣੇ ਇਹਨਾਂ ਨੂੰ ਇੰਗੇਜ ਕਰਕੇ, ਅਤੇ ਆਪਾਂ PTO ਟਰਾਲੀ ਦੇ ਉੱਤੇ ਗਰਾਊਂਡ ਸਪੀਡ ਦਾ ਸਾਰਿਆਂ ਨਾਲੋਂ ਮੇਨ ਫਾਇਦਾ ਜੀ। ਆਪਣਾ ਆ ਗਿਆ 4x4 ਦਾ ਗੇਅਰ, ਐਡਜਸਟੇਬਲ ਸੀਟ ਜੀ, ਐਡਜਸਟੇਬਲ ਸੀਟ ਆ, ਸਿੰਗਲ ਪੀਸ ਬੋਨਟ ਇਹਦਾ, ਬੋਟਲ ਹੋਲਡਰ ਇਹਦਾ ਦੇ ਦਿੱਤਾ ਪਾਰਕਿੰਗ ਬ੍ਰੇਕ ਦੇ ਕੋਲ। ਅਤੇ ਹਿੱਸੇ ਦੀ ਵੀ ਲੰਬਾਈ ਵੱਧ ਗਈ ਆ ਸੁਪਰ ਸ਼ਟਲ ਕਰਕੇ, ਨੀਚੇ ਸੁਪਰ ਸ਼ਟਲ ਕਰਕੇ ਇਹਦੀ ਹਿੱਸੇ ਦੀ ਲੰਬਾਈ ਵੀ ਵੱਧ ਗਈ, ਅੱਗੇ ਨਾਲੋਂ ਲੈਂਥ 'ਚ ਵੀ ਇਹ ਬਹੁਤ ਫਰਕ ਪੈ ਗਿਆ, ਮੋਰੀ ਉੱਠਦਾ ਸੀ ਜੀ ਇਹ 14x28 ਦੇ ਟਾਇਰਾਂ 'ਚ, ਫੁੱਲੀ ਪਲੈਂਟਰੀ ਡਰਾਈਵ ਹਿੱਸਾ, ਫਾਰਮ ਟਰੈਕ ਵਾਲੇ ਸਟੈਬੀਲਾਈਜ਼ਰ ਲਿੰਕਾਂ, ਹੈਵੀ ਡਿਊਟੀ ਲਿੰਕ, ਫੁੱਲ ਸਪੋਰਟ, ਪੂਰੀ ਹਿੱਸੇ ਤੋਂ ਸਪੋਰਟ ਦਿੱਤੀ ਹੋਈ ਜੀ। ਡਬਲ PTO ਹੋ ਗਈ, ਕੁਆਡਰਾ PTO ਇਹਦੇ ਵਿੱਚ ਆਉਂਦੀ ਆ, ACDC ਵਾਲ, ਸਿੰਗਲ ਐਕਟਿੰਗ ਡਬਲ ਐਕਟਿੰਗ ਕਰ ਸਕਦੇ ਹਾਂ, ਨਾਲ ਇੱਥੇ ਆਪਸ਼ਨ ਦਿੱਤਾ ਹੋਇਆ, ਇੱਧਰ ਐਡਜਸਟੇਬਲ ਇਹਦੇ ਹੱਬਾਂ, ਗਰੀਸ ਜਿਹੜੀ ਇੱਥੇ ਬੈਰਿੰਗ ਉਹਨਾਂ ਨੂੰ ਗਰੀਸ ਹੁੰਦੀ ਤੇਲ 'ਚ ਨਹੀਂ, ਇੱਥੇ ਇੰਨਾ ਹਿੱਸਾ ਤੇਲ 'ਚ ਇਹਦਾ, ਇੱਥੇ
ਬਾਕੀ ਇਹ ਸਾਰਾ ਪਲੈਨਟਰੀ ਡਰਾਈਵਰਸ ਆ, ਮੈਸੀ ਫਰਗੂਸਨ ਲੈਫਟ, ਬ੍ਰੇਕ ਲੈਟ ਪਲੋ ਲੈਂਪ ਦੇ ਦਿੱਤਾ ਜੀ, ਪੂਰਾ ਵਧੀਆ। ਇਹਨੂੰ ਡਾਇਨਾ ਸਮਾਰਟ ਇਹ ਕਰਕੇ ਕਹਿੰਦੇ ਆ, ਇਹਦੇ ਕੀ ਦੇ ਦਿੱਤੀ ਜੀ ਰਿਮੋਟ ਵਾਲੀ, ਗੱਡੀ ਵਾਲੇ ਫੀਚਰ ਦਿੱਤੇ ਹੋਏ, ਲੋਕ ਅਨਲੋਕ, ਅਤੇ ਇੱਥੋਂ ਇਹ ਬਲਿੰਕ ਕਰਦੇ 6 ਵਾਰੀ ਇੰਡੀਕੇਟਰ, ਇਹ ਸ਼ੋ ਘੱਟ ਵੀ ਲੋਕ, ਜਿੱਦਾਂ ਆਪਾਂ ਨੱਪੂਗੇ ਇਹਦੇ ਲਈ 4 ਸਕਿੰਟ ਲਈ, ਮੋਹਰੇ ਹੈੱਡਲੈਂਪ ਆ ਜੀ ਚੱਲ ਪਏ, ਜਿੱਥੇ ਮਰਜ਼ੀ ਟਰੈਕਟਰ ਖੜ੍ਹਾ ਤੁਹਾਨੂੰ ਦੇਖ ਜਾਣਾ ਜੀ। ਆਪਾਂ ਅਨਲੋਕ ਕਰਦੇ ਹਾਂ ਨਾਲ ਹੀ ਬੰਦ, ਦੋ ਵਾਰੀ ਇਹਦੇ ਅਨਲੋਕ ਕਰਨ 'ਤੇ ਇੰਡੀਕੇਟਰ, ਅਤੇ ਇੱਥੋਂ 6 ਵਾਰੀ ਇੰਡੀਕੇਟਰ ਚੱਲਦੇ ਆ ਜੀ ਜਦੋਂ ਇਹਨੂੰ ਨੱਪਦੇ ਆਪਾਂ ਬਲਿੰਕ ਵਾਲੇ ਆਪਸ਼ਨ ਨੂੰ। ਪੂਰਾ ਕਾਰ ਟਾਈਪ ਫੀਲਿੰਗ, ਟਰੈਕਟਰ 'ਚ ਨਾਲੇ ਸੇਫਟੀ, ਸ਼ੂਗਰ ਮਿਲ 'ਚ ਜਾਓ ਗੰਨਾ ਲੈ ਕੇ, ਟਰੈਕਟਰ ਨੂੰ ਕੋਈ ਹੱਥ ਨਹੀਂ ਲਾ ਸਕਦਾ ਜੀ, ਆਪਣਾ ਲੋਕ ਕਰਕੇ ਆ ਜਾਓ। ਬੈਟਰੀ ਤੋਂ ਸਿੱਧਾ ਕਨੈਕਸ਼ਨ ਕੱਟ ਆਫ ਹੋ ਜਾਂਦੀ, 100 ਘੰਟੇ ਦੀ ਪਹਿਲੀ ਸਰਵਿਸ, 100 ਘੰਟੇ ਦੀ ਆਪਣੀ ਪਹਿਲੀ ਸਰਵਿਸ ਹੈਗੀ ਹੈ ਟਰੈਕਟਰ ਦੀ। ਅਤੇ ਇਹ ਆਪਾਂ ਗਲੋਬ ਟਰੈਕਟਰ ਲਿਮਿਟਡ ਜਲੰਧਰ ਤੋਂ ਲਿਆ ਜੀ, PSF ਚੌਂਕ ਵਾਲਿਆਂ ਤੋਂ। ਆਪਾਂ ਨੂੰ ਇਹਦੀ ਘੱਟੋ ਘੱਟ ਕੀਮਤ ਜੀ ਔਨ ਰੋਡ 9.5 ਲੱਖ ਪਈ ਹੋਈ ਹੈ ਜੀ, ਇਹਦੀ 9.5 ਲੱਖ 'ਚ ਆਪਾਂ ਨੂੰ ਔਨ ਰੋਡ ਪਿਆ ਜੀ ਇਹ ਟਰੈਕਟਰ। ਓਵਰਆਲ ਬਹੁਤ ਜ਼ਿਆਦਾ ਵਧੀਆ, ਸਾਰੇ ਫੀਚਰ 50-55 ਕੈਟੇਗਰੀ ਦੇ ਵਿੱਚ ਸਾਰੇ ਫੀਚਰ ਦਿੱਤੇ ਹੋਏ ਜੀ ਇਸ ਕੰਪਨੀ ਨੇ। ਬੰਪਰ ਦੇ ਨਾਲ ਮੋਹਰੇ ਕੋਈ ਵੇਟ ਨਹੀਂ ਦਿੱਤਾ ਆਪਾਂ ਨੂੰ, ਪਿੱਛੇ 32-32 ਕਿਲੋ ਦੇ ਆਪਾਂ ਨੂੰ ਵੇਟ ਦਿੱਤੇ ਹੋਏ ਟਾਇਰਾਂ ਦੇ ਵਿੱਚ, ਮੋਹਰੇ ਨਹੀਂ ਕੋਈ ਵੇਟ ਹੈਗਾ, ਉੱਦਾਂ ਹੀ ਸਾਰਾ। ਫੋਰ ਵੀਲ ਨੇ ਉਦੋਂ ਜ਼ੋਰ ਲਾਉਣਾ ਜਦੋਂ ਮੋਹਰੇ ਵੇਟ ਹੋਣਗੇ, ਇਹਦੇ ਮੋਹਰੇ ਵੇਟ ਇਹਦੇ ਜ਼ਰੂਰੀ ਆ। ਨਵਾਂ ਲੋਗੋ ਮੈਸੀ ਦਾ, ਅਤੇ ਹੋਰ ਬਸ ਇੱਕ ਡੀਜ਼ਲ ਟੈਂਕੀ ਦਾ ਸਾਰਿਆਂ ਨਾਲ ਮੇਨ 6 ਵੀ ਚੇਂਜ ਕਰਤੀ ਇਹਨਾਂ ਨੇ, ਵਧਾਤੀ ਕਪੈਸਿਟੀ 60 ਲੀਟਰ ਦੀ ਕਰਤੀ ਹੈ ਜੀ। 4x4 ਦਾ ਗੇਅਰ ਜੀ, ਨੀਚੇ ਨਾ ਕਰਕੇ ਪੈ ਜਾਂਦਾ ਉੱਤੇ ਨੂੰ ਨਿਕਲ ਜਾਂਦਾ ਜੀ। ਸੁਪਰ ਸ਼ਟਲੇ ਦਾ ਗੇਅਰ ਆਪਣਾ ਕਲੱਚ ਨੱਪੇ ਤੋਂ ਬਗੈਰ ਨਹੀਂ ਕਹਿੰਦਾ, ਪਹਿਲਾਂ ਕਲੱਚ ਨੱਪ ਹੋਊ ਫਿਰ ਸੁਪਰ ਸ਼ਟਲ ਇੰਗੇਜ ਹੁੰਦਾ। 12 ਸਪੀਡਾਂ ਅੱਗੇ ਨੂੰ, 12 ਸਪੀਡਾਂ ਪਿੱਛੇ ਨੂੰ, ਚਾਰਜਿੰਗ ਪੁਆਇੰਟ ਦੇ ਦਿੱਤਾ, ਹਜ਼ਾਰਡ ਸਵਿੱਚ ਦੇ ਦਿੱਤਾ, ਅਤੇ ਇੱਕ ਜਦੋਂ ਆਪਾਂ ਇਹਨੂੰ ਅਨਲੋਕ ਕਰਦੇ ਹਾਂ ਇਹ ਰਿੰਗ ਜਾਗਦਾ, ਇੱਥੇ ਚਾਬੀ ਵਾਲੀ ਲਓ ਰਿੰਗ ਜਾਗੇ, ਅਨਲੋਕ ਕਰੇ ਚਾਬੀ ਪਤਾ ਲੱਗ ਜਾਂਦੀ ਕਿੱਥੇ ਲਾਉਣੀ ਰਾਤ ਹਨੇਰੇ 'ਚ। ਸੈਮੀ ਡਿਜੀਟਲ ਮੀਟਰ